ਹੋ ਸਕਰੋਲ ਪੰਜਾਬ ਦੇ ਨਾਲ ਤੇ ਮੈਂ ਹਾਂ ਸੁੱਖ ਪੱਟੀਵਾਲ। ਕੱਲ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਵਜੋਂ ਸੌਂ ਚੁੱਕਣਗੇ। ਕੱਲ ਨੂੰ ਸੌਂ ਚੁੱਕ ਸਮਾਗਮ ਹੋਵੇਗਾ ਖਟਕੜ ਕਲਾਂ ਦੇ ਵਿੱਚ। ਇਹ ਸਮਾਗਮ ਰੱਖਿਆ ਗਿਆ ਤਾਂ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਰੋਨਾ ਨੂੰ ਲੈ ਕੇ ਜਿਹੜੀਆਂ ਪਾਬੰਦੀਆਂ ਲਗਾਈਆਂ ਹੋਈਆਂ ਸੀ ਉਹਨਾਂ ਨੂੰ ਲੈ ਕੇ ਹੁਣ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਗਿਆ ਹੈ। ਲੰਮੇ ਸਮੇਂ ਬਾਅਦ ਪੰਜਾਬ ਵਾਸੀਆਂ ਨੂੰ ਇੱਕ ਰਾਹਤ ਦਿੱਤੀ ਗਈ ਆ ਕਿ ਜਿਹੜੀਆਂ ਕਰੋਨਾ ਦੇ ਚੱਲਦਿਆਂ ਪਾਬੰਦੀਆਂ ਲਗਾਈਆਂ ਹੋਈਆਂ ਸੀ ਪੰਜਾਬ ਦੇ ਵਿੱਚ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ। ਹਾਲਾਂਕਿ ਇਹ ਜ਼ਰੂਰ ਕਿਹਾ ਗਿਆ ਕਿ ਮਾਸਕ ਪਾ ਕੇ ਰੱਖੋ ਤੇ ਜਿਹੜੇ ਕਰੋਨਾ ਦੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਤਾਂ ਜੋ ਇਹ ਜਿਹੜੀ ਕਰੋਨਾ ਮਹਾਮਾਰੀ ਸੀ ਇਹ ਦੁਬਾਰਾ ਤੋਂ ਪੈਰ ਨਾ ਪਸਾਰ ਸਕੇ, ਦੁਬਾਰਾ ਤੋਂ ਪੈਰ ਨਾ ਫੈਲਾ ਸਕੇ। ਪਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣ ਚੁੱਕੀ ਆ ਤਾਂ ਸਰਕਾਰ ਬਣਨ ਤੋਂ ਬਾਅਦ ਜਿਹੜੀ ਵੱਡੀ ਰਾਹਤ ਮਿਲੀ ਹੈ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਕਿ ਜਿਹੜੀਆਂ ਕਰੋਨਾ ਦੀਆਂ ਪਾਬੰਦੀਆਂ ਲੰਮੇ ਸਮੇਂ ਤੋਂ ਲੋਕ ਕਰੋਨਾ ਪਾਬੰਦੀਆਂ ਦੇ ਨਾਲ ਜੂਝ ਰਹੇ ਸੀ, ਲੋਕਾਂ ਨੂੰ ਕਰੋਨਾ ਦੇ ਚੱਲਦਿਆਂ ਕਈ ਦਿੱਕਤਾਂ ਦਾ ਜਿਹੜਾ ਸਾਹਮਣਾ ਸੀ ਉਹ ਵੀ ਕਰਨਾ ਪਿਆ ਸੀ। ਖਾਸ ਕਰਕੇ ਸਕੂਲੀ ਬੱਚਿਆਂ ਨੂੰ ਤੇ ਜਿਹੜੇ ਆਮ ਲੋਕਾਂ ਦੇ ਕੰਮਕਾਜ ਸੀ ਉਹ ਵੀ ਕਾਫੀ ਪ੍ਰਭਾਵਿਤ ਹੋਏ ਸੀ। ਪਰ ਹੁਣ ਮੁੱਖ ਮੰਤਰੀ ਦੇ ਸਮਾਗਮ ਤੋਂ ਪਹਿਲਾਂ ਹੀ ਜਿਹੜੀਆਂ ਪਾਬੰਦੀਆਂ ਨੇ ਉਹ ਹਟਾ ਦਿੱਤੀਆਂ ਗਈਆਂ ਨੇ। ਹੁਣ ਇਕੱਠ ਹੋ ਸਕਦੇ ਨੇ, ਭਾਰੀ ਇਕੱਠ ਹੋ ਸਕਦੇ ਨੇ, ਕਿਉਂਕਿ ਇਹ ਸਵਾਲ ਵੀ ਲਗਾਤਾਰ ਬਣਿਆ ਹੋਇਆ ਸੀ ਕਿ ਇੱਕ ਪਾਸੇ ਕਰੋਨਾ ਪਾਬੰਦੀਆਂ ਹਲੇ ਵੀ ਜਾਰੀ ਨੇ ਤਾਂ ਦੂਜੇ ਪਾਸੇ ਸਿਆਸਤਦਾਨਾਂ ਦੇ ਵੱਲੋਂ ਵੱਡੇ ਇਕੱਠ ਕੀਤੇ ਜਾ ਰਹੇ ਨੇ, ਉਹਨਾਂ 'ਤੇ ਕੋਈ ਪਾਬੰਦੀ ਕਿਉਂ ਨਹੀਂ ਲੱਗਦੀ, ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ। ਤਾਂ ਹੁਣ ਕਰੋਨਾ ਜਿਸ ਹਿਸਾਬ ਦੇ ਨਾਲ ਘਟਿਆ ਹੈ, ਕਰੋਨਾ ਦੀ ਲਹਿਰ ਥੰਮ ਚੁੱਕੀ ਆ, ਤਾਂ ਫਿਰ ਹੁਣ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਪਾਬੰਦੀਆਂ ਸੀ ਉਹ ਹਟਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ, ਉਹ ਹਟਾਉਣ ਦਾ ਫੈਸਲਾ ਲੈ ਲਿਆ ਗਿਆ ਹੈ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਵਾਸੀਆਂ ਨੂੰ ਇੱਕ ਵੱਡੀ ਰਾਹਤ ਜਿਹੜੀ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ, ਕਰੋਨਾ ਪਾਬੰਦੀਆਂ ਨੂੰ ਹਟਾਉਣ ਦਾ ਜਿਹੜਾ ਫੈਸਲਾ ਹੈ ਉਹ ਲੈ ਲਿਆ ਗਿਆ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਮਾਸਕ ਪਾ ਕੇ ਜ਼ਰੂਰ ਰੱਖਣਾ ਹੋਵੇਗਾ ਅਤੇ ਨਾਲ ਦੀ ਨਾਲ ਕਰੋਨਾ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦਾ ਵੀ ਖਿਆਲ ਜਿਹੜਾ ਉਹ ਜ਼ਰੂਰ ਰੱਖਣਾ ਹੋਵੇਗਾ ਤਾਂ ਜੋ ਬਿਮਾਰੀ ਮੁੜ ਤੋਂ ਪੈਰ ਨਾ ਪਸਾਰ ਸਕੇ। ਕਿਉਂਕਿ ਅਕਸਰ ਪਹਿਲਾਂ ਵੀ ਦੇਖਿਆ ਜਾਂਦਾ ਕਿ ਜਦੋਂ ਕਰੋਨਾ ਦੀ ਪਹਿਲੀ ਲਹਿਰ ਆਈ ਸੀ ਤਾਂ ਛੋਟਾਂ ਦਿੱਤੀਆਂ ਗਈਆਂ ਸੀ, ਉਹਨਾਂ ਛੋਟਾਂ ਦਾ ਕਿਤੇ ਨਾ ਕਿਤੇ ਨੁਕਸਾਨ ਵੀ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਸੀ, ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲਿਆ ਸੀ, ਕਿਉਂਕਿ ਜਿਸ ਢੰਗ ਦੇ ਨਾਲ ਕਰੋਨਾ ਨੇ ਮੁੜ ਤੋਂ ਪੈਰ ਪਸਾਰ ਲਏ ਸੀ। ਪਰ ਇਸ ਵਾਰ ਅਜਿਹਾ ਨਾ ਹੋਵੇ, ਕਰੋਨਾ ਮੁੜ ਤੋਂ ਪੈਰ ਨਾ ਪਸਾਰ ਸਕੇ, ਇਸ ਦੇ ਲਈ ਹੀ ਜਿਹੜੇ ਹੁਣ ਉਹ ਜ਼ਰੂਰ ਲੋਕਾਂ ਨੂੰ ਕਿਹਾ ਗਿਆ ਕਿ ਜਿਹੜੇ ਕਰੋਨਾ ਦੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ, ਉਹਨਾਂ ਦਾ ਖਿਆਲ ਜ਼ਰੂਰ ਰੱਖਿਆ ਜਾਵੇ। ਪਰ ਹੁਣ ਤੁਸੀਂ ਆਜ਼ਾਦੀ ਦੇ ਨਾਲ ਘੁੰਮ ਸਕਦੇ ਹੋ ਤਾਂ ਸੂਬੇ ਦੇ ਲੋਕਾਂ ਦੇ ਲਈ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਆ। ਪੰਜਾਬ ਸਰਕਾਰ ਨੇ ਕਰੋਨਾ ਪਾਬੰਦੀਆਂ ਹਟਾਉਣ ਦਾ ਫੈਸਲਾ ਲੈ ਲਿਆ ਹੈ। ਸਰਕਾਰ ਦੇ ਵੱਲੋਂ ਸੂਬੇ 'ਚ ਕਰੋਨਾ ਮਹਾਮਾਰੀ ਨੂੰ ਲੈ ਕੇ ਜਿਹੜੀਆਂ ਵੀ ਪਾਬੰਦੀਆਂ ਲਗਾਈਆਂ ਹੋਈਆਂ ਸੀ, ਵੱਡਾ ਇਕੱਠ ਨਹੀਂ ਕਰ ਸਕਦੇ, ਆਪਸੀ ਦੂਰੀ ਦਾ ਖਿਆਲ ਰੱਖਣਾ ਹੋਵੇਗਾ, ਹਰ ਵਕਤ ਮਾਸਕ ਲਗਾ ਕੇ ਰੱਖਣਾ ਹੋਵੇਗਾ, ਅਤੇ ਇਸ ਤੋਂ ਇਲਾਵਾ ਸਟਾਫ ਵੀ ਕਈ ਥਾਵਾਂ 'ਤੇ ਅੱਧਾ ਕਰ ਦਿੱਤਾ ਗਿਆ ਸੀ, ਤਾਂ ਹੁਣ ਸਾਰੀਆਂ ਪਾਬੰਦੀਆਂ ਨੇ ਜਿਹੜੀਆਂ ਉਹ ਹਟਾ ਦਿੱਤੀਆਂ ਗਈਆਂ ਨੇ ਗੀਆਂ। ਹਾਲਾਂਕਿ ਸਰਕਾਰ ਨੇ ਲੋਕਾਂ ਨੂੰ ਅਪੀਲ ਜ਼ਰੂਰ ਕੀਤੀ ਆ ਕਿ ਮਾਸਕ ਪਾ ਕੇ ਰੱਖਿਆ ਜਾਵੇ, ਕਰੋਨਾ ਦੇ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਮਹਾਮਾਰੀ ਦੁਬਾਰੇ ਨਾ ਫੈਲ ਸਕੇ। ਤੁਹਾਨੂੰ ਦੱਸ ਦਈਏ ਕਿ ਕੱਲ੍ਹ ਭਗਵੰਤ ਮਾਨ ਕੱਲ੍ਹ ਯਾਨੀ ਕਿ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪੰਜਾਬ ਦੇ ਬਤੌਰ ਮੁੱਖ ਮੰਤਰੀ ਦੇ ਵਜੋਂ ਭਗਵੰਤ ਮਾਨ ਹੋਰਾਂ ਦੇ ਵੱਲੋਂ ਕੱਲ੍ਹ ਜਿਹੜੀ ਸਹੁੰ ਚੁੱਕੀ ਜਾਵੇਗੀ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਵੱਡੀ ਰਾਹਤ ਦਿੱਤੀ ਗਈ ਆ। ਕਰੋਨਾ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ, ਸਰਕਾਰ ਦੇ ਵੱਲੋਂ ਇਹ ਹੁਕਮ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ ਗਿਆ ਕਿ ਤੁਰੰਤ ਇਹਨਾਂ ਹੁਕਮਾਂ ਨੂੰ ਲਾਗੂ ਕਰ ਦਿੱਤਾ ਜਾਵੇ। ਹਾਲਾਂਕਿ ਦੇਖਿਆ ਜਾਂਦਾ ਇਸ ਤੋਂ ਪਹਿਲਾਂ ਜਦੋਂ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਜਾਂ ਪਾਬੰਦੀਆਂ ਦੇ ਵਿੱਚ ਕੋਈ ਫੇਰ ਬਦਲ ਹੁੰਦਾ ਤਾਂ ਫਿਰ ਸਮਾਂ ਰੱਖਿਆ ਜਾਂਦਾ ਗਾ ਕਿ ਇਹ 19 ਤਰੀਕ ਤੋਂ ਆ ਜਿਹੜਾ ਇਹ ਪਾਬੰਦੀਆਂ ਲਾਗੂ ਹੋਣਗੀਆਂ। ਪਰ ਹੁਣ ਪਾਬੰਦੀਆਂ ਜਦੋਂ ਹਟਾਈਆਂ ਗਈਆਂ ਨੇ ਤਾਂ ਤੁਰੰਤ ਪ੍ਰਭਾਵ ਦੇ ਨਾਲ ਇਹ ਪਾਬੰਦੀਆਂ ਹਟਾਈਆਂ ਗਈਆਂ ਨੇ। ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇਹ ਨੋਟੀਫਿਕੇਸ਼ਨ ਚਿੱਠੀ ਹੈ ਉਹ ਜਾਰੀ ਕਰ ਦਿੱਤੀ ਗਈ ਆ। ਉਹ ਚਿੱਠੀ ਵੀ ਤੁਹਾਨੂੰ ਨਾਲ ਨਾਲ ਸਕਰੀਨ 'ਤੇ ਜ਼ਰੂਰ ਦਿਖਾਵਾਂਗੇ ਜਿਹੜੀ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਆ, ਜਿਸ ਦੇ ਵਿੱਚ ਲਿਖਿਆ ਗਿਆ, ਜਿਹੜੀ ਚਿੱਠੀ ਤੁਹਾਨੂੰ ਸਕਰੀਨ ਦੇ ਵਿੱਚ ਦਿਖਾ ਰਹੇ ਹਾਂ ਤੁਸੀਂ ਉਸ 'ਤੇ ਵੀ ਗੌਰ ਕਰ ਸਕਦੇ ਹੋ, ਜਿਹਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਗਿਆ ਹੈ ਕਿ ਇਹ ਜਿਹੜੀਆਂ ਪਾਬੰਦੀਆਂ ਨੇ ਉਹ ਹਟਾਈਆਂ ਜਾ ਰਹੀਆਂ ਨੇ ਤੁਰੰਤ ਪ੍ਰਭਾਵ ਦੇ ਨਾਲ ਨੇ, ਜਿਹੜੀਆਂ ਇਹ ਸਾਰੀਆਂ ਪਾਬੰਦੀਆਂ ਕਰੋਨਾ ਦੇ ਕਰਕੇ ਜਿਹੜੀਆਂ ਲਾਈਆਂ ਗਈਆਂ ਸੀ ਉਹ ਹਟਾਈਆਂ ਜਾ ਰਹੀਆਂ ਨੇ। ਸੂਬੇ ਦੇ ਲੋਕਾਂ ਨੂੰ
सावधान रहने की अपील जरूर की गई आ कि कोरोना मुड़ तो पैर ना पसार सके, उस दे लई आपां नूं पहलां तो सावधान रहना पवेगा। तो सरकार दे वल्लों जारी ये जिहड़ी चिट्ठी है उस दे विच तुरंत प्रभाव दे नाल पाबंदियां हटाउण दे हुकम जारी कर दिते गए ने। दस दईए कि खड़कड़ कलां दे विच कल भगवंत मान का जिहड़ा सहुं चुका समारोह होवेगा, काफ़ी खास रहण वाला है। वड्डी तादाद दे विच मीडिया उधर वल उमड़िया होया तां दिल्ली की तर्ज ते हुण पंजाब दे विच भी आम आदमी पार्टी की सरकार बन गई आ। अरविंद केजरीवाल आम आदमी पार्टी के लीडर समेत वड्डे लीडर ने जिहड़े कल दे समागम दे विच शामिल हो सकते हैं, तो किसी भी पार्टी के वड्डे नेता जिहड़ा सद्दा होर किसी पार्टी के वड्डे लीडर हाल तक कहा जा रहा कि यह नहीं भेजा गया। तो एक वक्रे ढंग का जिहड़ा समारोह है कल का आम आदमी पार्टी का, जदों भगवंत मान होरी बतौर पंजाब मुख्यमंत्री सहुं चुकणगे तो एक अलग तस्वीर जिहड़ी है वह देखण नूं मिल सकती है ये इस समारोह दे विच। तां दस दईए कि समारोह दे विच पूरे पंजाब तो करीब 2 तो 3 लाख लोगों के आने की उम्मीद जताई जा रही है कि 2 तो 3 लाख लोगों का एक वड्डा इकट्ठ है जिहड़ा वह देखण नूं मिल सकता। शहीदी यादगारी दे पिछों 1 लाख लोगों का जिहड़ा उत्ते रुकण का प्रबंध भी वह किया गया गा दसिया जा रहा गा। तो वड्डी खबर तुहाडे नाल सांझी कर रहे हैं कि आम आदमी पार्टी दे कल भगवंत मान बतौर मुख्यमंत्री वजों पंजाब के मुख्यमंत्री वजों सहुं चुकणगे। पंजाब के नवे मुख्यमंत्री का कार्यकाल आ जिहड़ा उह भगवंत मान संभालणगे, पर उस तो पहला ही उस तो पहला करीब 18 तो 20 घंटे पहला जिहड़ियां कोरोना दीआं पाबंदियां सी उह हटा दित्तियां गईआं ने, ते तुरंत प्रभाव के नाल ने जिहड़ियां इह पाबंदियां हटा दित्तियां गईआं ने। तां पंजाब वासियां नूं लंबे समें तो एक राहत दी जिहड़ी उड़ीक सी वह हुण सरकार दे वल्लों दे दित्ती गई आ, क्योंकि कोरोना की पहली लहर आउंदी आ कोरोना की दूजी लहर आउंदी आ, तां इस दौरान लोगों नूं वड्डियां दिक्कतां दा सामना करना पैंदा। कोरोना काल के दौरान बच्चों की पढ़ाई का वड्डा नुकसान देखण नूं मिलदा गा, तां दूजे पासे लोगों के कामकाज का वड्डा नुकसान देखण नूं मिलदा गा। पर हुण सरकार ने आम आदमी पार्टी की सरकार पंजाब दे विच आ चुकी आ, पर हुण एक राहत जिहड़ी दित्ती गई आ लोगों नूं आम आदमी पार्टी की पंजाब दे विच सरकार बनने तों बाद।